ਆਪਣੇ ਵਿਆਹ ਦਾ ਕਾਰਡ ਦੇਣ ਜਾ ਰਿਹਾ ਸੀ ਦੋਸਤ ਨੂੰ, ਰਾਹ 'ਚ ਡਾਂਗਾ ਸੋਟੀਆਂ ਨਾਲ ਕੁੱਟ ਕੁੱਟ ਕੇ ਸੁੱਟਿਆ ਨੌਜਵਾਨ। ਦੱਸ ਦਈਏ ਕਿ ਨੌਜਵਾਨ ਆਪਣੇ ਵਿਆਹ ਦਾ ਕਾਰਡ ਵੰਡ ਰਿਹਾ ਸੀ ਤਾਂ ਇਸੇ ਦੌਰਾਨ ਉਹ ਆਪਣੇ ਦੋਸਤ ਕੋਲ ਜਾ ਰਿਹਾ ਸੀ ਤਾਂ ਉਸਨੂੰ ਰਸਤੇ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਡਾਂਗਾ ਸੋਟੀਆਂ ਦੇ ਨਾਲ ਕੁੱਟਿਆ ਗਿਆ ਅਤੇ ਫਿਰ ਖੇਤਾਂ ਦੇ ਵਿੱਚ ਸੁੱਟ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸ ਦਈਏ ਕਿ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਰਸਤੇ ਦੇ ਵਿੱਚ ਘੇਰ ਕੇ ਇੱਕ ਮੁੰਡੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਇਸ ਨੂੰ ਜ਼ਖਮੀ ਹਾਲਤ ਦੇ ਵਿੱਚ ਫਿਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਤਾਂ ਜ਼ਖਮੀਆਂ ਦੇ ਪਰਿਵਾਰ ਨੇ ਦੱਸਿਆ ਕਿ ਉਸਦਾ ਕੁਝ ਨੌਜਵਾਨਾਂ ਦੇ ਨਾਲ ਇੱਕ ਵਿਆਹ ਦੇ ਵਿੱਚ ਝਗੜਾ ਹੋਇਆ ਸੀ ਜਿਨ੍ਹਾਂ ਦੇ ਵੱਲੋਂ ਰਸਤੇ 'ਚ ਘੇਰ ਕੇ ਇਸ ਨੂੰ ਡਾਂਗਾ ਸੋਟੀਆਂ ਦੇ ਨਾਲ ਕੁੱਟਿਆ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ ਅਤੇ ਫਿਰ ਉਸਨੂੰ ਉਹ ਖੇਤਾਂ ਦੇ ਵਿੱਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਇਹ ਨੌਜਵਾਨ ਕਈ ਸਮਾਂ ਲਹੂ ਲਹਾਨ ਉੱਥੇ ਹੀ ਪਿਆ ਤੜਫਦਾ ਰਹਿੰਦਾ ਹੈ ਤਾਂ ਫਿਰ ਮੌਕੇ ਤੋਂ ਇੱਕ ਈ ਰਿਕਸ਼ਾ ਚਾਲਕ ਲੰਘਦਾ ਹੈ ਤਾਂ ਜਿਵੇਂ ਹੀ ਉਹ ਇਸ ਨੌਜਵਾਨ ਨੂੰ ਵੇਖਦਾ ਹੈ ਤਾਂ ਤੁਰੰਤ ਇਸ ਨੂੰ ਆਪਣੀ ਰਿਕਸ਼ਾ ਦੇ ਵਿੱਚ ਬਿਠਾ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਤਾਂ ਹੁਣ ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਪੂਰੀ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਕੁੱਟਿਆ ਗਿਆ ਤਾਂ ਉਹਨਾਂ ਦੇ ਵੱਲੋਂ ਕੁਝ ਨੌਜਵਾਨਾਂ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਹੀ ਰਸਤੇ ਦੇ ਵਿੱਚ ਘੇਰ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਨਾਲ ਇਸ ਸ਼ਖਸ ਦਾ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਜਦ ਇਹ ਵਿਆਹ ਦੇ ਆਪਣੇ ਕਾਰਡ ਵੰਡਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਸ ਨੂੰ ਘੇਰ ਕੇ ਕੁੱਟਿਆ ਗਿਆ। ਸਰ ਮੈਂ ਜਾ ਰਿਹਾ ਸੀ ਪਿੰਡ ਫਾਜ਼ਿਲਕਾ ਤੋਂ ਅਤੇ ਮੈਂ ਰਸਤੇ ਜਾ ਰਿਹਾ ਸੀ ਅਤੇ ਅੱਗੋਂ ਇੱਕਦਮ ਡਿੱਗਿਆ ਪਿਆ ਸੀ ਅਤੇ ਵਾਧੂ ਕਾਫੀ ਲੋਕ ਜੁੜੇ ਹੋਏ ਸੀ ਅਤੇ ਉਹਨਾਂ ਕਾਲ ਦੀ ਮੈਨੂੰ ਕਹਿੰਦੇ ਵੀ ਆਟੋ ਬੈਕ ਕਰ, ਬੈਕ ਕਰੀ ਮੈਂ ਆਟੋ, ਇਹਨਾਂ ਚੱਕ ਕੇ ਸਾਰੇ ਵਿੱਚ ਪਾਤਾ, ਵਿੱਚ ਪਾ ਕੇ ਅਤੇ ਫਿਰ ਮੈਨੂੰ ਫਾਜ਼ਿਲਕਾ ਲੈ ਕੇ ਇੱਥੇ ਦਾਖਲ ਕਰਾਤਾ ਜੀ। ਮੁੰਡੇ ਦੇ ਤਾਂ ਹਾਲਾਤ ਬਹੁਤ ਮਾੜੇ ਆ ਜੀ, ਕਾਫੀ ਸੱਟਾਂ, ਹਾਂਜੀ ਹਾਂਜੀ ਬਹੁਤ ਸੱਟਾਂ ਲੱਗੀਆਂ, ਲੱਤ ਟੁੱਟ ਗਈ ਆ, ਬਾਂਹ ਟੁੱਟ ਗਈ ਆ, ਕਿਸ ਹਿਸਾਬ ਨਾਲ ਬਿਠਾ ਕੇ ਲਿਆਂਦਾ ਉਹ ਹਿਸਾਬ ਨਾਲ ਟੁੱਟ ਗਈ ਆ ਅਤੇ ਬਾਕੀ ਕਾਪੇ ਬਹੁਤ ਵੱਜੇ ਪਏ ਆ, ਚਾਰ ਪੰਜ ਜਗਤ ਕਾਪੇ ਵੱਜੇ ਪਏ ਆ। ਇਹਨਾਂ ਦੀ ਪਹਿਲਾਂ ਜੀ ਕੋਈ ਰੌਲਾ ਸੀਗਾ, ਬੜੇ ਚਿਰ ਹੋ ਗਿਆ, ਅੱਗੇ ਵੀ ਇੱਕ ਦੋ ਵਜੇ ਦੇ ਗੱਲ ਪਏ ਆ, ਸ਼ਹਿਰ ਵਿੱਚ ਕੁੱਟਿਆ ਕਾਪੇ ਕੁਪੇ ਮਾਰ ਗਿਆ ਸੀ, ਉਦੋਂ ਵੀ ਦਾਖਲ ਕੀਤਾ ਸੀ, ਉਂਗਲ ਟੁੱਟ ਗਈ ਸੀ, ਉਦੋਂ ਕੁਛ ਨਹੀਂ ਕਾਰਵਾਈ ਪੁਲਿਸ ਨੇ ਕੀਤੀ। ਹੁਣ ਫਿਰ ਇਹਦਾ ਵਿਆਹ ਰੱਖਿਆ ਸੀ, ਇੱਕ ਤੇ ਬੇਲੀ ਸੱਜਣ ਉੱਥੇ ਕਾਰਡ ਦੇਣ ਗਿਆ ਸੀ ਵਿਆਹ ਦਾ ਤੇ ਰਸਤੇ ਵਿੱਚ ਆਉਂਦਾ ਪਿਆ ਸੀ, ਪਤਾ ਨਹੀਂ ਕਿਸੇ ਨੇ ਫੋਨ ਫਾਨ ਕਰਕੇ ਮੁੰਡੇ ਮੰਗਾ ਲਏ, 10-12 ਮੁੰਡੇ ਆਏ ਸੀ, ਮੂੰਹ ਬੰਨੇ ਹੋਏ ਸੀਗੇ ਤੇ ਇਹਨੂੰ ਸੱਟਾਂ ਮਾਰੀਆਂ ਤੇ ਡਰੈਣ ਦੇ ਵਿੱਚ ਝੋਨੇ ਦੇ ਸੱਟਿਆ ਪਿਆ ਸੀ। ਜਦੋਂ ਸਾਨੂੰ ਫੋਨ ਕਿਸੇ ਮੁੰਡੇ ਨੇ ਕੀਤਾ ਵੀ ਤੁਹਾਡਾ ਮੁੰਡਾ ਇੱਥੇ ਪਿਆ ਹੈ, ਅਸੀਂ ਮੋਟਰਸਾਈਕਲ ਤੇ ਗਏ ਹਾਂ ਤਾਂ ਵੇਖਿਆ ਤੇ ਸਾਰਾ ਪਾਣੀ ਵਿੱਚ ਪਿਆ ਸੀ ਤੇ ਚੱਕ ਕੇ ਅਸੀਂ ਸੜਕ ਤੇ ਲਿਆਂਦਾ, ਫਿਰ ਉਹ ਆਟੋ ਵਾਲੇ ਵੀਰ ਜੀ ਲੰਘੇ ਸੀ, ਉਹਨਾਂ ਨੂੰ ਹੱਥ ਕੀਤਾ ਫਟਾਫਟ, ਫਿਰ ਅਸੀਂ ਹਸਪਤਾਲ ਲਿਆਂਦਾ ਜੀ, ਇੱਕ ਤੇ ਦਾਖਲ ਕਰਾਤਾ। ਸੱਟਾਂ ਇੱਕ ਤਾਂ ਲੱਤ ਟੁੱਟ ਗਈ ਆ, ਇੱਕ ਬਾਂਹ ਟੁੱਟ ਗਿਆ, ਬਾਕੀ ਉਹ ਕਾਪੇ ਵੱਜੇ ਹੋਏ ਆ। ਜਿਸ ਇਹਨਾਂ ਦੇ ਜੀ ਮੁੰਡੇ ਮੁੰਡੇ ਦੇ ਆਪਸ ਵਿੱਚ ਕੋਈ ਰੌਲਾ ਸੀਗਾ ਜੀ, ਸ਼ਹਿਰ ਬਾਜ਼ਾਰ ਵਿੱਚ ਕੋਈ ਹੋ ਗਿਆ ਸੀਗਾ ਤੇ ਵਿਆਹ ਸ਼ਾਦੀ 'ਚ ਕੋਈ ਲੜਾਈ ਹੋਈ ਸੀ, ਉਹ ਉਦੋਂ ਦੀ ਲੜਾਈ ਚੱਲੇ ਆਉਂਦੇ ਆ, ਉਹ ਜਦੋਂ ਵੀ ਇਕੱਲਾ ਹੈਗਾ ਇਹਨੂੰ ਕਿੱਥੇ ਜਿੱਥੇ ਵੱਲ ਲੈਂਦੇ ਇਕੱਲੇ ਜਾਣੇ ਨੂੰ। ਵਿਆਹ ਹੋਇਆ ਸੀ ਤੇ ਪੈਲਸ ਵਿੱਚ ਲੜਾਈ ਹੋਈ, ਫਾਜ਼ਿਲਕਾ ਪੈਲਸ ਹੈਗੀ ਸੀ ਉੱਥੇ ਵਿਆਹ ਸੀਗਾ, ਉੱਥੇ ਪੈਲਸ 'ਚ ਲੜਾਈ ਹੋਈ ਸੀ, ਉੱਥੇ ਜਾਣ ਮਾੜਾ ਮੋਟਾ ਲੜਾਈ ਹੋਈ, ਚਾਟ ਮੁੱਕ ਹੋਈ, ਮੁੜ ਕੇ ਇਹਨੂੰ ਫਾਟਕ 'ਤੇ ਕੁੱਟਿਆ ਜਾਂਦੇ, ਕਾਪੇ ਕੂਪੇ ਮਾਰ ਗਏ, ਉਦੋਂ ਵੀ ਫਿਰ ਅਸੀਂ ਇਹਨੂੰ ਉਦੋਂ ਦਾਖਲ ਕਰਾਇਆ ਸੀ, ਉਦੋਂ ਸਾਡੀ ਕਾਰਵਾਈ ਨਹੀਂ ਹੋਈ, ਪੁਲਿਸ ਨੇ ਸਾਡੀ ਕਾਰਵਾਈ ਨਹੀਂ ਕੀਤੀ ਕੋਈ ਵੀ, ਫਿਰ ਅਸੀਂ ਚੁੱਪ ਕਰ ਗਏ, ਫਿਰ ਉਦੋਂ ਬਾਅਦ ਹੁਣ ਫਿਰ 2 ਵਾਰੀ ਫਿਰ ਗੱਲ ਪਏ ਆ, ਹੁਣ 3-4 ਵਾਰ ਫਿਰ ਗੱਲ ਪਏ ਆ। ਹੁਣ ਮੰਗ ਚਾਹੁੰਦੇ ਆ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ, ਸਾਡਾ ਮੁੰਡਾ ਇਕੱਲਾ ਹੈਗਾ, ਜਦੋਂ ਉਹਨਾਂ ਨੇ ਤਾਂ ਕੰਮ ਧੰਦੇ ਬਾਜ਼ਾਰ ਵੀ ਆਉਣਾ, ਸਾਡੇ ਹੁਣ ਸਾਡੇ ਨਾਲ ਆਉਂਦਾ, ਵਿਆਹ ਰੱਖਿਆ ਹੋਇਆ ਸੀ ਤਾਂ ਤੇ ਆਉਂਦਾ ਤੇ ਡਰ ਕੇ ਆਉਣੇ ਆ, ਨਾਲ ਲੈ ਕੇ ਆਉਣੇ ਆ, ਜਦੋਂ ਆਉਣੇ ਜਦੋਂ ਕਦੋਂ ਵੀ ਜਿੱਥੇ ਵੀ ਉਹ ਫੜ ਲੈਂਦੇ ਆ
ਕੱਲੇ ਨੂੰ ਵੇਖ ਕੇ। ਹਾਂਜੀ ਕੱਲਾ।